ਵੈਲਕਮ ਬੈਕ, ਬਹੁਤ ਬਹੁਤ ਸਵਾਗਤ ਹੈ ਜੀ ਘਰੇਲੂ ਇਲਾਜ। ਅੱਜ ਫਿਰ ਇੱਕ ਜ਼ਬਰਦਸਤ, ਬਹੁਤ ਜ਼ਬਰਦਸਤ ਐਸੀਡਿਟੀ ਦੇ ਉੱਤੇ ਜਿਨ੍ਹਾਂ ਨੂੰ ਤੇਜ਼ਾਬ ਬਣਦਾ ਬਹੁਤ ਜ਼ਿਆਦਾ, ਉਹਦੇ ਵਾਸਤੇ ਇੱਕ ਸ਼ਾਨਦਾਰ ਜਾਨਦਾਰ ਨੁਸਖਾ ਲੈ ਕੇ ਆਇਆ। ਔਰ ਉਹ ਨੁਸਖਾ ਬਹੁਤ ਹੀ ਆਸਾਨ, ਬਣਾਉਣਾ ਬੇਹੱਦ ਆਸਾਨ, ਔਰ ਗਰੰਟੀ ਇਸ ਗੱਲ ਦੀ ਹੈ ਕਿ ਤੁਹਾਡੇ ਘਰ 'ਚ ਇਸੇ ਵੇਲੇ ਮੌਜੂਦ ਹੈ ਉਹ ਨੁਸਖਾ, ਤੁਹਾਡੀ ਕਿਚਨ ਦੇ ਅੰਦਰ। ਬਹੁਤ ਸ਼ਾਨਦਾਰ ਨੁਸਖਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਕਿਉਂਕਿ ਐਸੀਡਿਟੀ ਦੀ ਸਮੱਸਿਆ ਇੰਨੀ ਭਿਅੰਕਰ ਹੈ, ਜਦੋਂ ਕਿਸੇ ਨੂੰ ਹੋ ਜਾਂਦੀ ਨਾ, ਵਿਚਾਰਾ ਖਾਲੀ ਪੇਟ ਗੋਲੀਆਂ ਦੇ ਉੱਤੇ, ਕੈਪਸੂਲਾਂ ਦੇ ਉੱਤੇ ਲੱਗ ਜਾਂਦਾ, ਕਦੀ ਓਮੀਪ੍ਰਾਜ਼ੋਲ ਖਾਂਦਾ, ਕਦੀ ਰੈਬੀਪ੍ਰਾਜ਼ੋਲ ਖਾਂਦਾ, ਕਦੀ ਪੈਂਟਾਪ੍ਰਾਜ਼ੋਲ ਖਾਂਦਾ, ਕਦੀ ਬੰਦਾ ਰੈਂਟਡਿਨ ਖਾਂਦਾ। ਮੈਂ ਕਹਿੰਦਾ ਖਾਲੀ ਪੇਟ ਕੈਪਸੂਲ ਖਾ ਕੇ ਆਪਣਾ ਕੰਮ ਖਰਾਬ, ਅੰਦਰ ਦਾ ਸਿਸਟਮ ਖਰਾਬ ਕਰ ਲੈਂਦਾ। ਦੇਖੋ ਅਸਲ 'ਚ ਕਿਆ ਹੈ, ਜੋ ਬਿਨਾਂ ਭੁੱਖ ਦੇ ਅਸੀਂ ਖਾਂਦੇ ਹਾਂ, ਕਿਆ ਕਿਸ ਤਰ੍ਹਾਂ ਦੇਖਦੇ, ਕਿਸ ਤਰ੍ਹਾਂ ਖਾਂਦੇ ਹਾਂ ਜੀ, ਘੜੀ ਦੇਖ ਕੇ ਖਾਣਾ ਖਾਂਦੇ ਹਾਂ। 9 ਵਜ ਗਏ, ਲਿਆਓ ਵੀ ਬ੍ਰੇਕਫਾਸਟ, 2 ਵਜ ਗਏ, ਲਿਆਓ ਵੀ ਲੰਚ, 4 ਵਜ ਗਏ, ਲਿਆਓ ਵੀ ਚਾਹ ਦਾ ਟਾਈਮ ਹੋ ਗਿਆ, 8 ਵਜ ਗਏ, ਲਿਆਓ ਵੀ ਡਿਨਰ ਦਾ ਟਾਈਮ ਹੋ ਗਿਆ। ਠੀਕ ਹੈ, ਭੁੱਖ ਹੋਵੇ ਜਾਂ ਨਾ ਹੋਵੇ ਖਾ ਲਓ। ਓਵਰ ਈਟਿੰਗ ਇੰਨੀ ਕਰਨੀ ਸ਼ੁਰੂ ਕਰ ਦਿੰਦੇ ਹਾਂ, ਉਹ ਅੱਛਾ ਬ੍ਰੇਕ ਲੰਚ ਕਰ ਲਿਆ, ਉਹ ਯਾਰ ਸੈਂਡਵਿਚ ਆਏ, ਸੈਂਡਵਿਚ ਉਹ ਖਾ ਲਾ ਯਾਰ, ਸੈਂਡਵਿਚ ਇੱਕ ਖਾ ਲਿਆ, ਇੱਕ ਨਾਲ ਕੁਛ ਨਹੀਂ ਹੋਣ ਲੱਗਾ ਤੈਨੂੰ। ਉਹ ਭਰਾ ਤੈਨੂੰ ਕੀ ਪਤਾ ਕਿ ਇਹਨੂੰ ਕੁਛ ਹੋਣ ਲੱਗਾ ਕਿ ਨਹੀਂ ਹੋਣ ਲੱਗਾ, ਇਹਦੇ ਪੇਟ ਨੂੰ ਕੁਛ ਨਾ ਕੁਛ ਜ਼ਰੂਰ ਹੋਏਗਾ। ਐਸੇ ਕਰਕੇ ਪੂਰਾ ਤੇਜ਼ਾਬ ਬਣਦਾ ਹੈ, ਸੀਨੇ 'ਚ ਜਲਨ ਹੁੰਦੀ ਹੈ, ਛਾਤੀ 'ਚ ਜਲਨ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਗੈਸ ਬਹੁਤ ਬਣਦੀ ਹੈ, ਖੱਟੇ ਡਕਾਰ, ਬਦਹਜ਼ਮੀ ਸ਼ੁਰੂ ਹੋ ਜਾਂਦੀ ਹੈ, ਔਰ ਕਈ ਵਾਰ ਤਾਂ ਮੂੰਹ 'ਚ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਰੀਆਂ ਤਕਲੀਫਾਂ ਨੂੰ ਠੀਕ ਕਰਨ ਦਾ ਬੈਸਟ ਤੁਹਾਨੂੰ ਮੈਂ ਨੁਸਖਾ ਦੱਸਣ ਜਾ ਰਿਹਾ। ਦੇਖੋ ਐਸੀਡਿਟੀ ਜੇ ਹੋ ਜਾਏ ਨਾ, ਤਾਂ ਖਿਆਲ ਰੱਖਣਾ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ। ਕਿਉਂ? ਕਿਉਂਕਿ ਸਾਡੇ ਬਲੱਡ ਨੂੰ ਹਮੇਸ਼ਾ ਐਲਕਲਾਈਨਿਟੀ ਚਾਹੀਦੀ ਹੈ, ਔਰ ਜਦੋਂ ਉਹਨੂੰ ਐਲਕਲਾਈਨਿਟੀ ਨਹੀਂ ਮਿਲੇਗੀ, ਤੇਜ਼ਾਬ ਅੰਦਰ ਬਹੁਤ ਜ਼ਿਆਦਾ ਹੋਏਗਾ, ਅਤੇ ਉਹਦੀ ਮਜਬੂਰੀ ਹੋ ਜਾਏਗੀ ਤੁਹਾਡੀ ਹੱਡੀਆਂ ਦੇ ਵਿੱਚੋਂ ਕੈਲਸ਼ੀਅਮ ਕੱਢ ਕੇ ਲਿਆਉਣਾ, ਔਰ ਉਹਨੇ ਆਪਣੇ ਖੂਨ ਦੇ ਅੰਦਰ ਮਿਲਾ ਲੈਣਾ, ਔਰ ਹੱਡੀਆਂ ਅਲਟੀਮੇਟਲੀ ਕਮਜ਼ੋਰ ਹੋ ਜਾਂਦੀਆਂ। ਇਸ ਕਰਕੇ ਐਸੀਡਿਟੀ ਦਾ ਉਪਚਾਰ ਕਰਨਾ ਬਹੁਤ ਜ਼ਰੂਰੀ ਹੈ, ਔਰ ਐਸੇ ਕਰਕੇ ਇੱਕ ਸ਼ਾਨਦਾਰ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਹਾਜ਼ਰ ਹੋਇਆ। ਮੇਰੀ ਰਿਕੁਐਸਟ ਹੈ ਕਿ ਕੈਮਰੇ ਨੂੰ ਥੋੜ੍ਹਾ ਜਿਹਾ ਨੀਚੇ ਕਰੋ, ਔਰ ਸਾਡੇ ਵਿਅਰਸ ਨੂੰ ਦੱਸੋ ਕਿ ਕਿਆ ਕਿਆ ਉਹ ਆਈਟਮ ਹੈ ਜਿਹੜੀਆਂ ਕਿ ਬਹੁਤ ਆਸਾਨ ਹੈ, ਇਸ ਨੁਸਖੇ ਨੂੰ ਬਣਾਉਣਾ ਵਾਕਈ ਆਸਾਨ ਹੈ। ਕਿਆ ਕਰਨਾ? 4 ਚੀਜ਼ਾਂ ਜੀ। ਸਭ ਤੋਂ ਪਹਿਲੀ ਚੀਜ਼ ਹੈ ਜੀ ਜੀਰਾ ਸਫੇਦ। ਸਫੇਦ ਜੀਰਾ ਆਮ ਕਿਚਨ 'ਚ ਅਸੀਂ ਯੂਜ਼ ਕਰਦੇ ਹਾਂ, ਹਰ ਸਬਜ਼ੀ ਭਾਜੀ 'ਚ ਅਸੀਂ ਜੀਰੇ ਦਾ ਇਸਤੇਮਾਲ ਕਰਦੇ ਹਾਂ, ਪਹਿਲੀ ਆਈਟਮ ਜੀਰਾ। ਦੂਸਰੀ ਆਈਟਮ ਹੈ ਜੀ ਧਾਗੇ ਵਾਲੀ ਮਿਸ਼ਰੀ, ਠੀਕ ਹੈ, ਬਹੁਤ ਜ਼ਬਰਦਸਤ ਆਈਟਮ। ਤੀਸਰੀ, ਜੇ ਕੋਈ ਡਾਇਬਿਟਿਕ ਹੈ ਤਾਂ ਬੇਸ਼ੱਕ ਧਾਗੇ ਵਾਲੀ ਮਿਸ਼ਰੀ ਦਾ ਇਸਤੇਮਾਲ ਨਾ ਕਰੋ, ਜੇ ਕੋਈ ਥੋੜ੍ਹਾ ਜਿਹਾ ਘੱਟ ਵੀ ਇਸਤੇਮਾਲ ਕਰਨਾ ਚਾਹੋ ਤਾਂ ਮੈਂ ਤੁਹਾਨੂੰ ਹੁਣੇ ਡੋਜ਼ ਦੱਸਾਂਗਾ ਕਿੰਨੀ ਕਰਨੀ ਹੈ, ਠੀਕ ਹੈ, ਧਾਗੇ ਵਾਲੀ ਮਿਸ਼ਰੀ। ਤੀਸਰੀ ਆਈਟਮ ਕਾਲੀ ਮਿਰਚ, ਚੌਥੀ ਆਈਟਮ ਕਾਲੀ ਮਿਰਚ, ਠੀਕ ਹੈ, ਹਰ ਘਰ 'ਚ ਅਵੇਲੇਬਲ ਹੈ। ਚੌਥੀ ਆਈਟਮ ਹੈ ਜੀ ਹਰੀ ਇਲਾਇਚੀ, ਛੋਟੀ ਇਲਾਇਚੀ ਜਿਹੜੀ ਹੁੰਦੀ ਹੈ, ਠੀਕ ਹੈ, 4 ਹੀ ਆਈਟਮ ਹੈ ਜੀ, ਠੀਕ ਹੈ। ਕਿੰਨੀ ਕਿੰਨੀ ਲੈਣੀ ਹੈ ਪਹਿਲਾਂ ਸੁਣੋ, 50 ਗ੍ਰਾਮ ਲੈਣਾ ਜੀ ਸਫੇਦ ਜੀਰਾ, 50 ਗ੍ਰਾਮ ਲੈਣੀ ਹੈ ਧਾਗੇ ਵਾਲੀ ਮਿਸ਼ਰੀ, ਠੀਕ ਹੈ, ਔਰ 20 ਗ੍ਰਾਮ ਲੈਣੀ ਹੈ ਕਾਲੀਆਂ ਮਿਰਚਾਂ, ਠੀਕ ਹੈ, ਔਰ 10 ਤੋਂ 12 ਜਾਂ 10 ਤੋਂ 15 ਤੁਸੀਂ 10-12-15 ਇਹ ਛੋਟੀ ਇਲਾਇਚੀ ਦੇ ਦਾਣੇ, ਬਸ, ਠੀਕ ਹੈ। ਇਹ ਹੁਣ 3 ਚੀਜ਼ਾਂ ਹੋ ਗਈਆਂ, 3 ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਨੂੰ ਤੁਸੀਂ ਲੈਦਾ ਕਰ ਦਿਓ, ਅਲੱਗ ਕਰ ਦਿਓ, ਔਰ ਇਹ ਮਿਸ਼ਰੀ ਨੂੰ ਅਲੱਗ ਕਰ ਦਿਉ। ਇਹ 3 ਚੀਜ਼ਾਂ ਨੂੰ ਥੋੜ੍ਹਾ ਜਿਹਾ ਰੋਸਟ ਕਰ ਲੈਣਾ, ਹਲਕਾ ਹਲਕਾ ਭੁੰਨ ਲੈਣਾ, ਹਲਕਾ ਜਿਹਾ ਇਹਨੂੰ ਤਵੇ ਦੇ ਉੱਤੇ ਰੋਸਟ ਕਰਕੇ ਭੁੰਨ ਕੇ, ਔਰ ਉਸ ਤੋਂ ਬਾਅਦ ਠੰਡਾ ਹੋ ਕੇ ਇਹ ਮਿਸ਼ਰੀ ਦੇ ਨਾਲ ਚਾਰੋਂ ਚੀਜ਼ਾਂ ਨੂੰ ਮਿਕਸੀ 'ਚ ਚੰਗੀ ਤਰ੍ਹਾਂ ਪਾਊਡਰ ਬਣਾ ਲਓ, ਠੀਕ ਹੈ। ਹੁਣ ਇਹ ਪਾਊਡਰ ਬਣਾ ਲਿਆ ਤੁਸੀਂ, ਪਾਊਡਰ ਬਣਾਉਣ ਤੋਂ ਬਾਅਦ ਜਿਹੜੀ ਚੀਜ਼ ਬਣ ਗਈ ਉਹਦਾ ਇੱਕ ਛੋਟਾ ਚਮਚ ਥੋੜ੍ਹੇ ਜਿਹੇ ਦਹੀਂ 'ਚ, 5-6 ਚਮਚੇ ਦਹੀਂ ਦੇ ਲੈ ਲਓ, ਮਿੱਠਾ ਦਹੀਂ ਹੋਣਾ ਚਾਹੀਦਾ ਘਰ ਦਾ, ਔਰ 5-6 ਚਮਚੇ ਉਹਦੇ, ਔਰ ਇੱਕ ਛੋਟਾ ਚਮਚਾ ਇਸ ਪਾਊਡਰ ਦਾ, ਦੋ ਚੰਗੀ ਤਰ੍ਹਾਂ ਮਿਕਸ ਕਰਕੇ ਖਾਣਾ ਖਾਣ ਤੋਂ 20-25 ਮਿੰਟ ਪਹਿਲਾਂ ਤੁਸੀਂ ਲੈ ਲੈਣਾ, ਸਵੇਰੇ ਔਰ ਸ਼ਾਮ 2 ਟਾਈਮ, ਠੀਕ ਹੈ, ਖਾਣਾ ਖਾਣ ਤੋਂ ਪਹਿਲਾਂ। ਮੈਂ ਕਹਿੰਦਾ ਜੀ 1 ਹਫ਼ਤੇ ਬਾਅਦ ਤੁਸੀਂ ਆਪ ਕਹੋਗੇ ਕਿ ਵਾਓ, 70-80% ਲੋਕਾਂ ਨੂੰ ਮਤਲਬ ਪਹਿਲੇ ਹਫ਼ਤੇ 'ਚ ਰਿਜ਼ਲਟ ਆ ਜਾਏਗਾ। ਮਹੀਨਾ ਭਰ ਕਰ ਲਓ, ਤੁਸੀਂ ਕਹੋਗੇ ਜੀ ਗਾਇਬ ਹੋ ਗਈਆਂ ਚੀਜ਼ਾਂ, ਮੂੰਹ 'ਚ ਪਾਣੀ ਨਹੀਂ ਆਉਂਦਾ ਹੁਣ, ਖੱਟੇ ਡਕਾਰ ਨਹੀਂ ਆਉਂਦੇ, ਬਦਹਜ਼ਮੀ ਨਹੀਂ ਹੁੰਦੀ, ਸਾਰੀਆਂ ਚੀਜ਼ਾਂ ਠੀਕ,
ਠੀਕ ਹੈ। ਇਹ ਉਹਨਾਂ ਵਾਸਤੇ ਜਿਨ੍ਹਾਂ ਕੋਲ ਸਮੇਂ ਹੈ, ਜੋ ਆਪਣੇ ਘਰ 'ਚ ਬਣਾ ਸਕਦੇ ਹੈ, ਜਿਨ੍ਹਾਂ ਕੋਲ ਸਮੇਂ ਨਹੀਂ ਹੈ ਉਹਨਾਂ ਵਾਸਤੇ ਰੈਡੀਮੇਡ ਨੁਸਖਾ ਮੇਦਾ ਸਾਫ਼। ਇਹਦੀ ਖੂਬਸੂਰਤੀ ਇੱਕ ਹੋਰ ਹੈ ਕਿ ਕਬਜ਼ ਨੂੰ ਵੀ ਖੋਲ ਦਿੰਦਾ, ਖਾਲੀ ਪੇਟ ਕੈਪਸੂਲ ਦੀ ਜਿਹੜੀ ਆਦਤ ਹੈ ਉਹਨੂੰ ਵੀ ਛੁਡਾ ਦਿੰਦਾ। ਗੈਸ, ਕਬਜ਼, ਖੱਟੇ ਡਕਾਰ, ਬਦਹਜ਼ਮੀ, ਮੂੰਹ 'ਚ ਪਾਣੀ ਆਉਣਾ, ਤੇਜ਼ਾਬ ਬਣਨਾ, ਸਾਰੀਆਂ ਚੀਜ਼ਾਂ ਨੂੰ ਠੀਕ ਕਰ ਦੇਗਾ। ਠੀਕ ਹੈ, ਇਹ ਦੋਨੋਂ ਆਪਸ਼ਨਸ ਅਵੇਲੇਬਲ ਹੈ ਅਤੇ ਔਰ ਦੋਨੋਂ ਹੀ ਅਜ਼ਮਾਏ ਹੋਏ। ਇਹ ਵੀ ਬਹੁਤ ਅਜ਼ਮਾਇਆ ਹੈ ਨੁਸਖਾ ਜਿਹੜਾ ਮੈਂ ਹੁਣੇ ਤੁਹਾਨੂੰ ਦੱਸਿਆ, ਔਰ ਮੇਦਾ ਸਾਫ਼ ਵੀ ਅਜ਼ਮਾਇਆ। ਦੋਨਾਂ 'ਚੋਂ ਜੋ ਆਪਸ਼ਨ ਅੱਛਾ ਲੱਗੇ ਔਰ ਉਹਨੂੰ ਅਜ਼ਮਾਓ, ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਤਾਂ ਕਿ ਸਭ ਦਾ ਭਲਾ ਹੋ ਸਕੇ, ਸਭ ਦਾ ਫਾਇਦਾ ਹੋ ਸਕੇ, ਰਾਈਟ। ਔਰ ਅੱਛਾ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਔਰ ਸਬਸਕ੍ਰਾਈਬ ਕੀਤੇ ਬਗੈਰ ਨਾ ਜਾਣਾ, ਤਾਂ ਕਿ ਬੈਸਟ ਆਊਟ ਆਫ ਬੈਸਟ ਵੀਡੀਓ ਤੁਹਾਨੂੰ ਹਰ ਵਾਰ ਮੈਂ ਸ਼ੇਅਰ ਕਰਦਾ ਰਹਾਂ। ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ। ਥੈਂਕ ਯੂ ਵੈਰੀ ਮੱਚ, ਗੋਡ ਬਲੈਸ।